ਐਸਟੀ ਮਿਲ ਤੋਂ ਨਾ ਲਸਣ ਲੈ ਕੇ ਮੈਂ ਘਰ ਚੱਲੀ ਸੀ ਸਿਸਟਰ ਦਾ ਫੋਨ ਆਇਆ ਸੀ ਕਿ ਲਸਣ ਲੈ ਆਈ ਮੈਂ ਲੈ ਕੇ ਆ ਰਹੀ ਸੀ ਉਹਦੇ ਟਾਵਰ ਦੇ ਕੋਲ ਏਟੀਐਮ ਨਹੀਂ ਉਹਦੇ ਕੋਲ ਮੇਰਾ ਫੋਨ ਮਤਲਬ ਨਾਨੀ ਮੰਮਾ ਦਾ ਫੋਨ ਆਇਆ ਮੈਂ ਜੇਬ 'ਚੋਂ ਕੱਢ ਕੇ ਦੇਖ ਕੇ ਉਹਨਾਂ ਨੂੰ ਇੱਕੋ ਹੀ ਗੱਲ ਕਿਹਾ ਕਿ ਮੈਂ ਘਰ ਆ ਹੀ ਰਹੀ ਹਾਂ ਰੱਖ ਦਿਓ ਫੋਨ ਉਹ ਕਰਕੇ ਮੈਂ ਜੇਬ 'ਚ ਪਾਉਣ ਲੱਗੀ ਫੋਨ ਨਾਲ ਹੀ ਖੋ ਕੇ ਲੈ ਕੇ ਚੱਲ ਗਿਆ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਫੋਨ ਕੋਈ ਕੋਈ ਸੀਗਾ ਕੱਤੇ ਸੀਗਾ ਬਾਈਕ ਤੇ ਸੀ ਰੈਡ ਟੀ-ਸ਼ਰਟ ਪਾਈ ਹੋਈ ਸੀ फगवाड़ा शहर विच लुटखो ते चोरी दियां वारदातां रुकण दा नाम नहीं लै रहियां आए दिन शहर विच छात्र लुटेरे कोई ना कोई वारदात नूं बिना रुके अंजाम दे रहे हन जिस कारण शहर वासियां विच सहम दा माहौल बनिया होया है। हुण ताज़ा मामला फगवाड़ा शहर दे गुरु हरगोबिंद नगर तो सामने आया है जिथे एक लड़की कोलों मोबाइल खो के बाइक सवार मौके तो फरार हो गया। इस संबंधी जानकारी दिंदिया सारा वासी कौलसर महला ने दसिया कि वह जे सी टी मिल वाली साइड तो सब्जी लैके जदों वापस आ रही थी तो रास्ते विच पिछियों आए एक बाइक सवार नौजवान ने झपट्टा मार के उसका मोबाइल फोन खो लिया तो मौके तो फरार हो गया। पीड़ित ने दसिया कि उसने 2 महीने पहला ही अपनी मेहनत की कमाई विचों पैसे जोड़ जोड़ के ये फोन खरीदया सी। पीड़ित लड़की ने पुलिस प्रशासन को मांग की है कि उक्त छात्र लुटेरे को काबू करके उसनू उसका मोबाइल फोन वापस दवाया जाए तो शहर में घूम रहे यहोजे भैड़े अंसरां नू पुलिस प्रशासन नत्थ पावे तां जो शहर वासी अपने आप नू सुरक्षित महसूस कर सकन। फगवाड़ा तो शरणजीत सिंह सोनी दे नाल जस शर्मा दी रिपोर्ट। सारा हाँ जी की मामला की है जिहड़ा जी हरगोबिंद नगर खड़े हां जेएसटी मिल तो ना लसन लैके मैं घर चली सी सिस्टर दा फोन आया सी कि लसन लै आई मैं लैके आ रही सी टावर दे कोल एटीएम नहीं उहदे कोल मेरा फोन मतलब नानी मम्मा दा फोन आया मैं जेब चो कढ के देख के उन्हां नू इक्को ही गल किहा कि मैं घर आ ही रही हां रख दो फोन ਉਹ ਕਰਕੇ ਮੈਂ ਜੇਬ 'ਚ ਪਾਉਣ ਲੱਗੀ ਫੋਨ ਨਾਲ ਹੀ ਖੋ ਕੇ ਲੈ ਕੇ ਚੱਲ ਗਿਆ। ਕਿੰਨੇ ਵਿਅਕਤੀ ਸੀ ਜਿਹਨਾਂ ਨੇ ਫੋਨ ਕੋਈ ਕੋਈ ਸੀਗਾ ਕੱਤੇ ਸੀਗਾ ਬਾਈਕ ਤੇ ਸੀ ਰੈਡ ਟੀ-ਸ਼ਰਟ ਪਾਈ ਹੋਈ ਸੀ ਮੈਂ ਉੱਥੇ ਮੋੜ ਤੱਕ ਪਿੱਛਾ ਕੀਤਾ ਆ ਪਰ ਪਤਾ ਨਹੀਂ ਇੱਧਰ ਨੂੰ ਗਿਆ ਕਿ ਉੱਧਰ ਨੂੰ ਭਾਈ ਨੂੰ ਪੁੱਛਿਆ ਕਹਿੰਦੇ ਪਤਾ ਨਹੀਂ ਮੋਬਾਈਲ ਫੋਨ ਕਿੰਨੇ ਕਦਾ ਸੀਗਾ ਜੀ ਜੀ 22000 ਦਾ ਸੀ ਹਾਂ ਜੀ 22000 ਤੁਸੀਂ ਫੋਨ ਕਰਤਾ ਕਿ ਤੁਸੀਂ ਪੁਲਿਸ ਨੂੰ ਕੀਤਾ ਨਹੀਂ ਸਰ ਹੁਣ ਤੱਕ ਕੰਪਲੀਟ ਦਰਜ ਹੋ ਨਹੀਂ ਮਿਲਣਾ ਨਹੀਂ ਪੁਲਿਸ ਆਈ ਨਹੀਂ ਨਹੀਂ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਫੋਨ ਵਾਲੇ ਨਮਾ ਹੀ ਸੀਗਾ ਮੈਂ ਕੋਠੀਆਂ 'ਚ ਕੰਮ ਕਰਦੀ ਹਾਂ ਕਿੰਨੀ ਦੇਰ ਹੋ ਗਈ ਜੀ 7:04 ਤੇ ਹੋਇਆ ਸੀ ਤੇ ਤੁਸੀਂ ਕੰਮ ਕਿੱਥੇ ਕਰਦੇ ਮੈਂ ਸੁਭਾਸ਼ ਨਗਰ ਕੋਠੀ 'ਚ ਕੰਮ ਕਰਦੀ ਹਾਂ ਲੰਬੇ ਕਲੋਥ ਹਾਊਸ ਵਾਲਿਆਂ ਦੇ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਹਾਂ ਹਾਂਜੀ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਸਰ ਮੇਰਾ ਫੋਨ ਕੋਈ ਤਾਂ ਹੋਰ ਕੁਝ ਵੀ ਨਹੀਂ ਬੜੇ ਮਿਹਨਤ ਨਾਲ ਲਈ ਸੀ ਮੈਂ ਘਰ ਦੇ ਖਰਚਿਆਂ ਤੋਂ ਪੈਸੇ ਬਚਾ ਬਚਾ ਕੇ ਲਏ ਹੋਏ ਸੀ ਮੇਰਾ ਵਾਲੇ ਫੋਨ ਬਿਲਕੁਲ ਨਮਾ ਆ 2 ਮਹੀਨੇ ਵੀ ਨਹੀਂ ਹੋਏ ਕਿੱਥੇ ਰਹਿਣ ਵਾਲੇ ਆਪਾਂ ਕੌਸਰ ਮਹੱਲੇ ਗੁਰੂ ਨਾਨਕ ਮੈਡੀਕਲ ਤੋਂ ਅਗਲੀ ਗਲੀ 'ਚ ਤੇ ਘਰਦਿਆਂ ਨੂੰ ਫੋਨ ਕਰਤਾ ਤੁਸੀਂ ਹਾਂਜੀ ਕਰਤਾ ਮੇਰੇ ਜੀਜੂ ਇੱਥੇ ਜੌਬ ਕਰਦੇ ਆ ਤਾਂ ਮੈਂ ਇਹਨਾਂ ਕੋ ਆਈ ਹਾਂ ਕਿ ਇਹਨਾਂ ਤੋਂ ਕੈਮਰਾ ਚੈੱਕ ਕਰਾ ਕੇ ਉਹ 'ਚ ਨੰਬਰ ਪਲੇਟ ਆ ਜਾਊਗਾ ਨਾ ਬਾਈਕ ਦਾ ਹਾਂ ਚਾਹੀਦਾ